ਇੱਕ ਨਾ 50-55 ਸਾਲ ਦੇ ਸਰਦਾਰ ਜੀ ਹਨ ਘੁੰਮਦੇ ਆ ਚੰਡੀਗੜ੍ਹ ਦੇ ਆ ਗਲੀਆਂ ਦੇ ਵਿੱਚ ਤਾਂ ਉਹਨਾਂ ਨੇ ਦੇਖਿਆ ਕਿ ਇੱਕ ਸ਼ਾਪਿੰਗ ਸੈਂਟਰ ਦੇ ਵਿੱਚ ਨਾ ਜੈਕਟ ਬੜੀ ਸੋਹਣੀ ਲੱਗੀ ਆ ਤਾਂ ਉਹਨਾਂ ਨੇ ਕਿਹਾ ਕਿ ਹਲੇ ਸਿਆਲ ਚੱਲਦਾ ਯਾਰ ਲੈ ਲਈ ਜਾਵੇ ਠੀਕ ਹੈ ਜਦੋਂ ਉਹ ਅੰਦਰ ਗਏ ਤਾਂ ਉਹਨਾਂ ਨੇ ਜੈਕਟ ਪਾ ਕੇ ਦੇਖੀ ਬੜੀ ਕੰਫਰਟੇਬਲ ਬੜੀ ਨਿੱਗੀ ਬਟ ਇੱਕ ਪ੍ਰੋਬਲਮ ਆ ਗਈ ਕਿ ਥੋੜਾ ਜਿਹਾ ਰੇਟ ਸੀ ਜਿਹੜਾ ਉਹ ਜੇਬ ਦੇ ਨਾਲੋਂ ਜ਼ਿਆਦਾ ਭਾਰਾ ਲੱਗਾ ਉਹਨਾਂ ਨੂੰ ਉਹਨਾਂ ਨੇ ਉੱਥੇ ਰੱਖ ਦਿੱਤੀ ਤੇ ਨਾਲ ਹੀ ਇੱਕ ਮੁੰਡਾ ਆਇਆ ਉਹਨੇ ਦੇਖਿਆ ਤਾਂ ਉਹ ਕਹਿੰਦਾ ਇਹਨਾਂ ਨੇ ਕਿਹਾ ਕਿ ਉਹ ਸ਼ਾਇਦ ਸੇਲਜ਼ਮੈਨ ਆ ਨਾ ਇਹਨਾਂ ਨੇ ਪੁੱਛ ਲਿਆ ਕਿ ਕੀ ਪ੍ਰਾਈਸ ਹੈ ਇਹਦਾ ਉਹ ਕਹਿੰਦਾ ਸਰਦਾਰ ਜੀ ਫ੍ਰੀ ਲੈ ਜਾਓ ਹਨਾ ਇਹ ਕਹਿੰਦੇ ਨਹੀਂ ਨਹੀਂ ਫ੍ਰੀ ਨਹੀਂ ਲੈਣੀ ਡਿਸਕਾਊਂਟ ਹੈਗਾ ਤਾਂ ਕੋਈ ਦੱਸੋ ਉਹ ਕਹਿੰਦਾ ਨਹੀਂ ਨਹੀਂ ਫ੍ਰੀ ਲੈ ਜਾਓ ਉਹਨੇ ਸੇਲਜ਼ਮੈਨ ਨੂੰ ਦਿੱਤੀ ਜਾ ਕੇ ਤਾਂ ਫਿਰ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਸੇਲਜ਼ਮੈਨ ਨਹੀਂ ਹੈ ਤਾਂ ਵੈਸੇ ਕੋਈ ਬੰਦਾ ਸੀਗਾ ਤਾਂ ਜਦੋਂ ਉਹਨਾਂ ਨੇ ਸੇਲਜ਼ਮੈਨ ਨੇ ਪੈਕ ਕਰਨੀ ਚਾਹੀ ਤਾਂ ਇਹਨਾਂ ਨੇ ਮਨਾਂ ਕੀਤਾ ਤੇ ਮਨਾਂ ਕਰਦੇ ਕਰਦੇ ਬਾਹਰ ਆ ਗਿਆ ਸ਼ਾਪ ਦੇ ਵਿੱਚੋਂ ਜਦੋਂ ਬਾਹਰ ਆਏ ਤਾਂ ਉਹ ਜਿਹੜਾ ਮੁੰਡਾ ਸੀ ਇਹਨਾਂ ਦੇ ਮਗਰਮਗਰ ਹੀ ਆ ਗਿਆ ਠੀਕ ਆ ਜਦੋਂ ਉਹਨਾਂ ਨੇ ਮਗਰਮਗਰ ਆ ਕੇ ਉਹ ਕਹਿੰਦਾ ਕਿ ਤੁਸੀਂ ਐਡਾ ਕਰੋ ਆ ਜੈਕਟ ਲੈ ਉਹ ਮਗਰੇ ਆ ਕੇ ਕਹਿੰਦਾ ਜੈਕਟ ਲੈ ਜਾਓ ਜੈਕਟ ਉਹ ਕਹਿੰਦਾ ਕਿ ਤੁਸੀਂ ਸਰਦਾਰੋ ਸਾਡੀ ਜ਼ਿੰਦਗੀ ਬਣਾਤੀ ਤੁਸੀਂ ਸਾਨੂੰ ਆਪਣਾ ਛੋਟਾ ਭਰਾਈ ਦਾ ਭਰਾ ਦਾ ਖਿਤਾਬ ਦਿੱਤਾ ਉਹ ਹਰਿਆਣੇ ਤੋਂ ਸਿਗਾ ਮੁੰਡਾ ਕਿਸੇ ਤਕੜੇ ਬੰਦੇ ਦਾ ਹਨਾ ਤੇ ਉਹਨੇ ਜਦੋਂ ਇਦਾਂ ਦੀਆਂ ਗੱਲਾਂ ਕੀਤੀਆਂ ਕਹਿੰਦਾ ਸਾਨੂੰ ਤਾਂ ਪਤਾ ਹੀ ਨਹੀਂ ਸੀ ਤੁਸੀਂ ਕਹਿੰਦਾ ਚੰਡੀਗੜ੍ਹ ਮੰਗਦੇ ਸੀ ਨਾ ਪੰਚਕੁਲਾ ਵੀ ਨਾਲ ਲੈ ਲਓ ਜਦੋਂ ਉਹਨੇ ਇਦਾਂ ਦੀਆਂ ਮੋਸ਼ਨਲ ਜੀਆਂ ਗੱਲਾਂ ਕੀਤੀਆਂ ਤਾਂ ਸਰਦਾਰ ਜੀ ਕਹਿੰਦੇ ਕਿ ਨਹੀਂ ਠੀਕ ਹੈ ਬਾਕੀ ਤਾਂ ਸਾਰਾ ਕੁਝ ਬਟ ਇਹ ਜੈਕਟ ਨਹੀਂ ਮੈਂ ਲੈ ਸਕਦਾ ਠੀਕ ਹੈ ਕਿਉਂਕਿ ਇਹ ਤੁਹਾਡੀ ਮਿਹਨਤ ਦੀ ਕਮਾਈ ਆ ਗਿਫਟ ਆਪਾਂ ਉਹਦੇ ਤੋਂ ਲੈ ਸਕਦੇ ਹਾਂ ਜਿਹਨੂੰ ਆਪਾਂ ਜਾਣ ਪਛਾਣਦੇ ਹੋਈਏ ਜਿਹਦਾ ਥੋੜਾ ਜਿਹਾ ਆਪਣੇ ਤੇ ਮ محبت ਹੋਵੇ ਆਪਣਾ ਜਾਣ ਪਛਾਣ ਹੋਵੇ ਇਹ ਕਹਿ ਕੇ ਬਾਹਰ ਆ ਗਏ ਬਟ ਇੱਕ ਫੇਰ ਉਹਨਾਂ ਦੇ ਮਨ 'ਚ ਆਇਆ ਕਿ ਵਾਹੋ ਕਲਗੀਆਂ ਵਾਲਿਆ ਤੇਰੀਆਂ ਦਾਤਾਂ ਦਾ ਕੋਈ ਬੰਨਾ ਨਹੀਂ ਹੈਗਾ ਤੂੰ ਤਾਂ ਸਾਨੂੰ ਉਹ ਕੁਝ ਦੇ ਦਿੱਤਾ ਜਿਹੜੀਆਂ ਕਦੀ ਸੋਚੀਆਂ ਵੀ ਨਹੀਂ ਸੀ ਇਹ ਚੀਜ਼ਾਂ ਸੋ ਆਓ ਇਹ ਸਿੱਖਿਆ ਅਸੀਂ ਧਰਨੇ ਦੇ ਵਿੱਚੋਂ ਇਹ ਸਿੱਖਿਆ ਅਸੀਂ ਦਿੱਲੀ ਦੇ ਜੁੱਧ ਵਿੱਚੋਂ